कलेक्शन अपनी होगी जी डन, ते आपां चलिया हुण डिलीवरी लई। 112 माइल ने ते तकरीबन 2.5 घंटे आपां नूं लग जाणा जाण लई। ते आ जाओ फिर, जुड़े रहो अपने ब्लॉग च। बाकी होर देखदे आं, आपां जो टाइम लगदा फिर तुहानूं आंसर करदे आं कुछ क्वेश्चन ते। आ जाओ। हाँ जी, आपां नूं एक वीर दा कमेंट आया, पुछदे ने भी यूके दे विच ट्रकिंग करन दे लई पक्का होना जरूरी है जां स्टूडेंट भी कर सकदे ने? ਵੀਰ ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੈਗੀ, ਤੁਸੀਂ ਸਟੂਡੈਂਟ ਹੋ, ਤੁਹਾਨੂੰ ਵਰਕ ਤੁਹਾਡੇ ਕੋਲ ਬਸ ਵੀਜ਼ਾ ਹੋਣਾ ਚਾਹੀਦਾ ਆ, ਤੁਹਾਨੂੰ ਵਰਕ ਅਲਾਓ ਹੋਣਾ ਚਾਹੀਦਾ, ਤੁਸੀਂ ਵੀ ਕਰ ਸਕਦੇ ਹੋ, ਡਜ਼ਨਟ ਮੈਟਰ ਆ। ਇਹਦੇ ਵਿੱਚ ਇਹ ਨਹੀਂ ਜ਼ਰੂਰੀ ਵੀ ਜਿਹਦੇ ਕੋਲ PR ਆ ਉਹੀ ਟਰੈਕਿੰਗ ਕਰ ਸਕਦਾ ਆ, ਬਸ ਤੁਸੀਂ ਤੁਹਾਡੇ ਕੋਲ ਵੀਜ਼ਾ ਹੋਵੇ, ਤੁਹਾਨੂੰ ਵਰਕ ਅਲਾਓ ਹੋਵੇ, ਤੁਸੀਂ ਵੀ ਕਰ ਸਕਦੇ ਹੋ। ਅਤੇ ਇੱਕ ਵੀਰ ਪੁੱਛਦੇ ਨੇ ਵੀ ਵਿਜ਼ਿਟ ਵੀਜ਼ੇ ਦੇ ਉੱਤੇ ਲਾਇਸੈਂਸ ਬਣ ਜਾਂਦਾ ਜਾਂ ਨਹੀਂ? ਵੀਰੇ, ਜਿੱਥੇ ਤੱਕ ਮੈਨੂੰ ਨੌਲੇਜ ਆ ਲੱਗਦਾ ਆ, ਵਿਜ਼ਿਟ ਵੀਜ਼ੇ ਦੇ ਉੱਤੇ ਲਾਇਸੈਂਸ ਨਹੀਂ ਬਣਦਾ ਹੈਗਾ, ਹੁਣ ਨਹੀਂ ਬਣਦਾ, ਪਹਿਲਾਂ ਬਣ ਜਾਂਦਾ ਸੀ। ਹੁਣ ਉਹ ਤੁਹਾਡਾ ਸਟੇਟਸ ਚੈੱਕ ਕਰਦੇ ਨੇ ਵੀ ਤੁਸੀਂ ਕਿਸ ਸਟੇਟਸ ਦੇ ਉੱਤੇ ਹੈਗੇ ਹੋ ਇਸ ਕੰਟਰੀ ਦੇ ਵਿੱਚ, ਜਦ ਆਪਾਂ ਲਾਇਸੈਂਸ ਲਈ ਅਪਲਾਈ ਕਰਦੇ ਹਾਂ। ਮੈਂ ਸ਼ਾਇਦ ਰੋਂਗ ਵੀ ਹੋ ਸਕਦਾ, ਪਰ ਜਿੱਥੇ ਤੱਕ ਮੈਨੂੰ ਲੱਗਦਾ 90% ਮੈਂ ਸਹੀ ਹਾਂ ਵੀ ਹੁਣ ਵਿਜ਼ਿਟ ਵੀਜ਼ੇ ਦੇ ਉੱਤੇ ਲਾਇਸੈਂਸ ਨਹੀਂ ਬਣਦਾ ਹੈਗਾ। ਤੁਹਾਨੂੰ ਵਰਕ ਅਲਾਓ ਹੋਣਾ ਚਾਹੀਦਾ ਜਾਂ ਤੁਸੀਂ ਸਟੂਡੈਂਟ ਹੋਣੇ ਚਾਹੀਦੇ ਹੋ ਜਾਂ PR, ਤਾਂ ਕਰਕੇ ਫਿਰ ਤੁਹਾਡਾ ਤੁਸੀਂ UK ਦਾ ਲਾਇਸੈਂਸ ਬਣਾ ਸਕਦੇ ਹੋ। ਦੇਖੋ ਜੀ, ਕਿੰਨਾ ਸੋਹਣਾ ਕੌਂਟਰੀ ਸਾਈਡ ਏਰੀਆ, ਪਰ ਇੱਥੇ ਡਰਾਈਵਿੰਗ ਲਈ ਥੋੜ੍ਹਾ ਔਖਾ ਹੋ ਜਾਂਦਾ ਕਿਉਂਕਿ ਸੜਕਾਂ ਟਾਈਟ ਹੁੰਦੀਆਂ ਨੇ। ਆਪਣਾ ਜਦ ਕੋਈ ਮੂਹਰੋਂ ਟ੍ਰੇਲਰ ਆਉਂਦਾ ਜਾਂ ਟਰੱਕ ਐਂਡ ਟ੍ਰੇਲਰ, ਉਦੋਂ ਥੋੜ੍ਹਾ ਜਿਹਾ ਇਸ਼ੂ ਹੁੰਦਾ ਆ, ਇਸ਼ੂ ਨਹੀਂ ਹੁੰਦਾ, ਯਾਨੀ ਕਿ ਥੋੜ੍ਹਾ ਪੂਰਾ ਸਪੇਸ ਹੁੰਦਾ ਆ, ਕਾਰਾਂ ਬੈਂਡ ਨਾ ਆਈ ਜਾਣ, ਡਜ਼ਨਟ ਮੈਟਰ, ਕੋਈ ਚੱਕਰ ਨਹੀਂ ਹੈਗਾ। ਆ ਦੇਖੋ ਹੁਣ ਇੱਥੇ ਪੂਰੀ ਜਗ੍ਹਾ ਆ, ਘਰ ਦੇਖੋ ਜੀ, ਲੋਕ ਘਰਾਂ ਦੀਆਂ ਛੱਤਾਂ ਦੇਖੋ, ਬੜੇ ਪੁਰਾਣੇ ਘਰ ਨੇ, ਕਾਨਿਆਂ ਦੀ ਛੱਤ ਕਹਿੰਦੇ ਇਹਨੂੰ, ਪਤਾ ਨਹੀਂ ਕੀ ਕਹਿੰਦੇ ਨੇ। ਆਹ ਦੇਖੋ ਜੀ, ਜਿਹੜੇ ਮੂਹਰੇ ਘਰ ਆ ਰਹੇ ਨੇ ਇਹਦੇ ਛੱਤਾਂ 'ਤੇ ਦੇਖੋ, ਇਹ ਬੜੀਆਂ ਪੁਰਾਣੀਆਂ ਛੱਤਾਂ ਨੇ, ਬੜੇ ਪੁਰਾਣੇ ਘਰ ਹੋਣੇ ਨੇ। ਦੇਖੋ ਜਿਵੇਂ ਪਰਾਲੀ ਹੁੰਦੀ ਆ ਆਪਣੇ ਇੰਡੀਆ, ਉਹਨਾਂ ਦੀਆਂ ਛੱਤਾਂ ਬਣਾਈਆਂ, ਉਹਨਾਂ ਦੀਆਂ ਬਣਾਈ ਹੋਈ ਆ ਛੱਤ। ਆ ਇੱਧਰ ਕੋਈ ਚਰਚ ਆ, ਆ ਪਿੰਡ ਦਾ ਬੱਸ ਸਟਾਪ ਆ। ਉਹਦਾ ਡਰਾਈਵਿੰਗ ਕਰਨ 'ਚ ਨਜ਼ਾਰਾ ਤਾਂ ਆਉਂਦਾ ਇੱਧਰ ਨੂੰ ਪੂਰਾ, ਵਿਊ ਬਹੁਤ ਸੋਹਣੇ ਹੁੰਦੇ ਨੇ ਦੇਖਣ ਨੂੰ ਮਿਲਦੇ ਆਲੇ ਦੁਆਲੇ। ਕਾਰ ਵਾਲੇ ਤੰਗ ਹੋ ਜਾਂਦੇ ਨੇ ਕਿਉਂਕਿ ਟਰਾਲੇ ਨੇ ਹੁਣ ਆਪਣੀ ਚਾਲੇ ਚੱਲਣਾ ਹੌਲੀ ਹੌਲੀ, ਫਿਰ ਓਵਰਟੇਕ ਕਰਕੇ ਨਿਕਲ ਜਾਂਦੇ, ਉਹਨਾਂ ਦਾ ਦਾਇਆ ਲੱਗਦਾ। ਲਓ ਜੀ, ਮੂਹਰੇ ਸਾਈਨ ਆ ਗਿਆ ਟੈਂਕ ਕਰਾਸ ਕਰਦੇ ਹੋਣਗੇ ਇੱਥੋਂ ਕਦੇ ਵਕਤ ਵੀ, ਕਹਿੰਦੇ ਹੁਣ ਇੱਥੇ ਟੈਂਕ ਦੇਖਣ ਨੂੰ ਮਿਲ ਸਕਦਾ ਆ। ਇੱਧਰ ਕਿਤੇ ਹੋਣੇ ਆ ਕੋਈ ਆਰਮੀ ਦਾ ਕੈਂਪ ਕੁੰਪ ਆਉਣਾ ਆ, ਇੱਥੋਂ ਟੈਂਕ ਕਰੋਸ ਹੁੰਦੇ ਨੇ, ਇਸ ਫੀਲਡ ਤੋਂ ਇਸ ਫੀਲਡ 'ਚ ਜਾਂਦੇ ਹੋਣੇ ਆ। ਲਓ ਜੀ, 1.5 ਘੰਟਾ ਆਪਾਂ ਸਿੰਗਲ ਰੋਡਾਂ 'ਤੇ ਟਰਾਲਾ ਚਲਾਉਣ ਤੋਂ ਬਾਅਦ ਹੁਣ ਆਪਾਂ ਨੂੰ ਡਿਊਲ ਕੈਰਜਵੇ ਮਿਲਿਆ ਆ। ਡਰਾਈਵਰ ਨੂੰ ਜਦੋਂ ਡਿਊਲ ਕੈਰਜਵੇ ਮਿਲਦਾ ਨਾ ਜੀ, ਚਾਅ ਚੜ੍ਹ ਜਾਂਦਾ
ਕਿਉਂਕਿ ਸਿੰਗਲ ਰੋਡਾਂ 'ਤੇ ਪਤਾ ਨਹੀਂ ਹੈਗਾ ਆਪਾਂ ਨੂੰ ਮੂਹਰੇ ਕਿੱਦਾਂ ਦਾ ਕੋਈ ਮੋੜ ਆ ਜਾਣਾ, ਕਿੱਦਾਂ ਦਾ ਰੋਡ ਆ ਜਾਣਾ, ਉੱਥੇ ਟਰਾਲਾ ਨਿਕਲਣਾ ਵੀ ਜਾਂ ਨਹੀਂ ਨਿਕਲਣਾ। ਹੁਣ ਇੱਦਾਂ ਦੇ ਰੋਡ 'ਤੇ ਆ ਕੇ ਤਾਂ ਬੰਦੇ ਨੂੰ ਪਤਾ ਆ ਵੀ 100% ਸ਼ੋਰ ਆ, ਕੋਈ ਚੱਕਰ ਨਹੀਂ ਹੈਗਾ, ਬਸ ਬੈਠ ਜਾਓ ਹੁਣ ਆਰਾਮ ਨਾਲ ਰਿਲੈਕਸ ਹੋ ਕੇ। ਹੁਣ 1.5 ਘੰਟਾ ਜਿੰਨਾ ਪਿੱਛੇ ਆਪਾਂ ਡਰਾਈਵ ਕਰਕੇ ਆਏ ਹਾਂ, ਆਪਾਂ ਕੋਈ ਰਿਲੈਕਸ ਨਹੀਂ ਸੀ ਹੈਗਾ, ਪੂਰਾ ਅਲਰਟ ਸੀ 100% ਪਹਿਲਾਂ ਹੀ ਪਤਾ ਦੇਖ ਲਿਆ, ਦੂਰੋਂ ਦੇਖੀ ਦਾ ਸੀ ਵੀ ਉਸ ਸਿਚੁਏਸ਼ਨ 'ਚੋਂ ਟਰਾਲਾ ਆਪਣਾ ਨਿਕਲ ਜੂਗਾ ਜਾਂ ਨਹੀਂ ਨਿਕਲ ਜੂਗਾ, ਕਿੱਦਾਂ ਆ। ਚਲੋ ਬਸ ਪਹੁੰਚਣ ਵਾਲੇ ਹਾਂ ਜੀ ਆਪਾਂ ਹੁਣ ਆਪਣੀ ਡਿਲੀਵਰੀ 'ਤੇ, ਬਸ 3 ਕੁ ਮਾਈਲ ਰਹਿ ਗਿਆ, ਪੰਜ ਸੱਤ ਮਿੰਟ ਦਾ ਰਾਹ ਹੋਣਾ ਆ। ਆਪਾਂ ਲਾਉਣਾ ਟਰਾਲਾ B No. 23 ਅਤੇ ਆ ਜਾਓ ਫਿਰ ਲਾਈਏ। ਲਓ ਜੀ ਟ੍ਰੇਲਰ ਲੱਗ ਗਿਆ ਬੇਹ ਦੇ ਉੱਤੇ। ਹਾਂਜੀ ਡਿਲੀਵਰੀ ਆਪਣੀ ਹੋ ਗਈ ਜੀ ਡਨ, ਅਤੇ ਚੱਲੇ ਹੁਣ ਆਪਾਂ ਵਾਪਸ ਯਾਰਡ ਨੂੰ। ਅਤੇ ਹੁਣ ਆਪਾਂ ਵਾਪਸ ਜਾਂਦੇ ਹੋਏ ਜਿੱਦਾਂ ਆਪਾਂ ਪਹਿਲਾਂ ਆਏ ਸੀ ਪਿੰਡਾਂ ਦੇ ਵਿੱਚ, ਜੀ ਉੱਧਰ 'ਤੇ ਨਹੀਂ ਜਾਣਾ ਹੈਗਾ, ਹੁਣ ਆਪਾਂ ਬਾਹਰ ਬਾਹਰ 'ਤੇ ਜਾਵਾਂਗੇ। ਮਾਈਲ ਆਪਾਂ ਨੂੰ 30 ਕੁ ਜ਼ਿਆਦਾ ਪੈ ਜਾਣੇ ਆ, ਪਰ ਠੀਕ ਆ, ਫਿਊਲ ਆਪਣਾ ਉਨਾ ਕੁ ਲੱਗਣਾ ਆ, ਕਿਉਂਕਿ ਪਿੰਡਾਂ ਦੇ ਵਿੱਚ ਦੀ ਆਪਾਂ ਨੂੰ ਮੋੜ ਘੋੜ ਰੌਣ ਬੋੜ ਬਹੁਤ ਕੁਝ ਆਉਂਦਾ ਆ। ਅਤੇ ਇੱਧਰ ਆਪਾਂ ਬਸ ਆਪਣੀ ਚਾਲੇ ਚੱਲੀ ਜਾਣਾ, ਸਿੱਧਾ ਮੋਟਰਵੇ ਜਾਣਾ ਆਪਾਂ। ਸੋ ਚਲੋ ਫਿਰ ਆ ਜਾਓ, ਤੁਹਾਨੂੰ ਕੁਝ ਥੋੜ੍ਹੇ ਮੋਟੇ ਵਿਊ ਦਿਖਾਈਏ। ਬਾਕੀ ਜਿਹੜਾ ਆਪਣਾ ਵੀਰ ਆਪਾਂ ਨੂੰ ਕਮੈਂਟ ਕਰਦੇ ਨੇ, ਲਾਈਕ ਕਰਦੇ ਨੇ, ਬਹੁਤ ਸਾਰਾ ਪਿਆਰ ਯਾਰ ਉਹਨਾਂ ਸਾਰਾ ਵੀਰਾਂ ਦੇ, ਮੈਨੂੰ ਵੀ ਵਧੀਆ ਮੋਟੀਵੇਸ਼ਨ ਮਿਲਦਾ ਆ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਕਮੈਂਟ ਕਰਦੇ ਹੋ ਵੀ ਚਲੋ ਤੁਹਾਡੇ ਲਈ ਕੋਈ ਵਧੀਆ ਚੀਜ਼ ਹੁਣ ਲੈ ਕੇ ਆਈਏ। ਅਤੇ ਬਾਕੀ ਪਿਆਰ ਆ ਸਾਰੇ ਭਰਾਵਾਂ ਨੂੰ, ਅਤੇ ਬਾਕੀ ਆਪ ਮੈਂ ਟਰਾਈ ਕਰਦਾ ਵਧੀਆ ਤੁਹਾਡੇ ਲਈ ਵੱਧ ਤੋਂ ਵਧੀਆ ਵੀਡੀਓ ਬਣਾਈਏ, ਕੋਈ ਤੁਹਾਨੂੰ ਜਿੰਨਾ ਮੇਰੇ ਕੋਲ ਨੌਲੇਜ ਹੈਗੀ ਆ, ਜਿੰਨਾ ਕੁਝ ਦੱਸ ਸਕਦੇ ਹਾਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰੀਏ। ਜੇ ਕਿਸੇ ਵੀਰ ਦਾ ਕਮੈਂਟ ਰਹਿ ਗਿਆ ਜਾਂ ਰਿਪਲਾਈ ਨਾ ਕਰ ਹੋ ਪਾਇਆ, ਕਿਉਂਕਿ ਵੀਰੇ ਟਾਈਮ ਥੋੜ੍ਹਾ ਹੁੰਦਾ, ਕੰਮ ਵੀ ਕਰਨਾ ਹੁੰਦਾ ਆ, ਤਾਂ ਕਰਕੇ ਰਹਿ ਜਾਂਦੇ ਨੇ ਕਮੈਂਟ, ਮੈਨੂੰ ਪਤਾ ਆ। ਪਰ ਆਪਾਂ ਟਰਾਈ ਕਰਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਥੋੜ੍ਹੀ ਕਵਰ ਕਰਨ ਦੀ, ਜਿੰਨੇ ਵੀ ਤੁਹਾਡੇ ਕੁਐਸਚਨਸ ਹੈਗੇ ਆ ਜਿੰਨਾ ਕੁ ਆਪਾਂ ਨੂੰ ਪਤਾ ਆ, ਉਹਨਾਂ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਜ਼ਰੂਰ। ਕਈ ਵਾਰ ਵੀਰਿਆਂ ਦਾ ਕਮੈਂਟ ਆਉਂਦਾ, ਪੁੱਛਦੇ ਨੇ ਵੀ ਤੁਸੀਂ ਬੈਕ ਲੋਡ ਨਹੀਂ ਤੁਹਾਨੂੰ ਮਿਲਦਾ ਜਾਂ ਕਿੱਦਾਂ, ਵੀਰੇ ਕੰਮ ਕੁਆਇਟ ਹੋਣ ਕਰਕੇ ਨਾ ਬੈਕ ਲੋਡ ਬਹੁਤ ਘੱਟ ਮਿਲਦਾ ਆ, ਆਪਾਂ ਵਾਪਸੀ ਵੇਲੇ ਆਲਮੋਸਟ ਖਾਲੀ ਹੋ ਜਾਈਦਾ ਅੱਜ ਕੱਲ੍ਹ, ਕਿਉਂਕਿ ਟਰਾਂਸਪੋਰਟ ਇੰਡਸਟਰੀ ਥੋੜ੍ਹੀ ਸਲੋ ਚੱਲਦੀ ਆ, ਸੋ ਇੰਨਾ ਕੰਮ ਕਾਰ ਨਹੀਂ ਹੁੰਦਾ। ਜਦੋਂ ਬਿਜ਼ੀ ਹੁੰਦਾ ਉਦੋਂ ਆਪਾਂ ਨੂੰ ਮਿਲ ਜਾਂਦਾ, ਉਦੋਂ ਕੋਈ ਨਹੀਂ ਚੱਕਰ ਬਣਦਾ, ਫਿਰ ਆਪਾਂ ਨੂੰ ਬੈਕਲੋਡ ਵੀ ਮਿਲ ਜਾਂਦਾ ਆਪਣੇ ਵਾਪਸ ਲੈ ਕੇ ਜਾਣ ਨੂੰ। ਬਟ ਅੱਜ ਕੱਲ੍ਹ ਨਹੀਂ, ਅੱਜ ਕੱਲ੍ਹ ਥੋੜ੍ਹਾ ਕੰਮ ਸਲੋ ਹੋਣ ਕਰਕੇ ਆਪਾਂ ਨੂੰ ਇੱਕ ਪਾਸੇ ਲੋਡ ਹੁੰਦਾ, ਬੈਕ ਆਪਾਂ ਖਾਲੀ ਹੋ ਆਈਦਾ ਆ, ਬਹੁਤ ਘੱਟ ਚਾਂਸ ਆ ਕਦੇ ਕੁਝ ਮਿਲੇ। ਪਰ ਅੱਜ ਵੀ ਨਹੀਂ ਆਪਾਂ ਨੂੰ ਕੁਝ ਮਿਲਿਆ ਹੈਗਾ, ਅੱਜ ਵੀ ਆਪਾਂ ਖਾਲੀ ਵਾਪਸ ਯਾਰਡ ਨੂੰ ਜਾ ਰਹੇ ਹਾਂ। ਅਤੇ ਅੱਜ ਦਾ ਵਲੌਗ ਫਿਰ ਵੀਰੋ ਆਪਾਂ ਇੱਥੇ ਫਿਨਿਸ਼ ਕਰਦੇ ਹਾਂ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ। ਜਿੰਨਾ ਤੁਸੀਂ ਪਿਆਰ ਕਰੋਗੇ ਉਨਾ ਹੀ ਸਾਨੂੰ ਵੱਧ ਹੌਸਲਾ ਮਿਲਦਾ ਤੁਹਾਡੇ ਲਈ ਵੀਡੀਓ ਬਣਾਉਣ ਦਾ ਵੱਧ ਤੋਂ ਵੱਧ। ਚਲੋ ਫਿਰ ਮਿਲਦਾ ਵੀਰੋ ਅਗਲੇ ਵਲੌਗ 'ਚ, ਜਦ ਤੱਕ ਲਈ ਹੱਸਦੇ ਰਹੋ, ਵੱਸਦੇ ਰਹੋ।